ना मैंने कहा जी हौसला तो बड़ा वड्डा वा, पार्टी ने एक नूं टिकट देनी सी, पर मैनू प्रधान साहब नाल साडा हक है उन्होंने पुछण दा, असीं उह जदों साडे नाल गल करनगे पुछांगे। ते फिर मैं कदे लोके विरोध नहीं की, मैं पिछे भी इलैक्शन लड़ के 18,000 वोट 11-11 बजे तक लोगों रह के इदां दी गल बना ली भी 25,000 वोट तो उपर खड़ा गा, 24,000 वोट नहीं मैं खड़ सकता, शाह छड़ दो जी। फिर बहुत वड्डा इत्थे थोड़े दिनों इकट्ठ करांगे इन्हां लोगों के जज्बात जिहड़े, उन्हां नूं वेखांगे, उन्हां नूं पुछांगे, जे फिर ना होया फिर जो लोग फैसला देणगे करांगे। ਤੁਸੀਂ ਦੇਖ ਰਹੇ ਦਿਵਾ ਪੰਜਾਬ ਨਿਊਜ਼ ਜੀ, ਮੈਂ ਅਨਮੋਰਾਜ ਭੱਟੀ। ਇਸ ਵੇਲੇ ਆਪਾਂ ਖੜ੍ਹੇ ਹਾਂ ਜਥੇਦਾਰ ਖੁਸ਼ਹਾਲਪੁਰ ਦੇ ਜੀ, ਗ੍ਰਹਿ ਵਿਖੇ ਗੁਰਪ੍ਰਤਾਪ ਦੇ ਜੀ, ਜਿੱਥੇ ਤੁਹਾਨੂੰ ਇੱਕ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ਵੀ ਇਸ ਹਲਕਾ ਡੇਰਾ ਬਾਬਾ ਨਾਨਕ ਤੋਂ ਜੋ ਟਿਕਟ ਦੀ ਵੰਡ ਸੀ ਰਵੀ ਕਰਨ ਸਿੰਘ ਕਾਲਾ ਨੂੰ, ਉਹਨਾਂ ਨੇ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ। ਇਸ ਵੇਲੇ ਗੁਰਪ੍ਰਤਾਪ ਸਿੰਘ ਦੇ ਘਰ ਆ ਲਿਆ ਸੀ, ਉਹਨੇ ਗ੍ਰਹਿ ਵਿਖੇ ਖਲੋਤੇ ਰਿਹਾ। ਉਹਨਾਂ ਨੂੰ ਪੁੱਛਣਾ ਚਾਹਾਂ ਕਿ ਵੀ ਜਿਹੜੀ ਅੱਜ ਟਿਕਟ ਦੀ ਵੰਡ ਜਿਹੜੀ ਹੈ ਸ਼੍ਰੋਮਣੀ ਦਲ ਨੇ ਜਿਹੜੀ ਕੀਤੀ ਹੈਗੀ ਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਵੇਖੋ ਜੀ, ਜਿਹੜੀ ਤੁਸੀਂ ਅੱਜ ਸਭ ਤੋਂ ਪਹਿਲਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਿਹਾੜੇ ਦੀ ਪ੍ਰਕਾਸ਼ ਉਤਸਵ ਨੂੰ ਅਸੀਂ ਅੱਜ ਜਿਹੜਾ ਦਿਨ ਆਪਣੇ ਗ੍ਰਹਿ ਵਿਖੇ ਮਨਾ ਰਹੇ ਹਾਂ, ਉਹਦੇ 'ਤੇ ਮੈਂ ਸਮੁੱਚੀ ਸੰਗਤ ਨੂੰ, ਸਮੁੱਚੇ ਗੁਰੂ ਨਾਨਕ ਨਾਮਨੇਵਾ ਨੂੰ ਲੱਖ ਲੱਖ ਵਧਾਈ ਦੇਣਾ। ਔਰ ਮੈਨੂੰ ਇਹ ਗੱਲ ਬਿਲਕੁਲ ਚੈਨਲਾਂ ਰਾਹੀਂ ਯੂਟਿਊਬ ਰਾਹੀਂ ਪਤਾ ਲੱਗਾ, ਉਸ ਦਿਨ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਹਰਿਮੰਦਰ ਸਾਹਿਬ ਨਮਸਤਕ ਹੋਣ ਵਾਸਤੇ ਉੱਥੇ ਗਿਆ ਸੀ, ਉਹਨਾਂ ਦੇ ਸੰਗਤ ਦੇ ਚਰਨਾਂ ਦੇ ਵਿੱਚ ਸੀਸ ਨਵਾਉਣ ਵਾਸਤੇ, ਗੁਰੂ ਮਹਾਰਾਜ ਦੇ ਚਰਨਾਂ 'ਚ ਸੀਸ ਨਵਾਉਣ ਵਾਸਤੇ। ਅਤੇ ਮੈਨੂੰ ਪਤਾ ਲੱਗਾ ਵੀ ਇਸ ਇਲਾਕੇ ਦੀ ਜਿਹੜੀ ਟਿਕਟ ਆ ਉਹ ਰਵੀ ਕਰਨ ਨੂੰ ਦਿੱਤੀ ਗਈ ਆ। ਔਰ ਮੈਂ ਅੱਜ ਸਾਡੇ ਪਰਿਵਾਰ ਨੇ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ ਕਿ ਗੁਰੂ ਮਹਾਰਾਜ ਦਾ ਦਿਹਾੜਾ ਜਿਹੜਾ ਉਹਨੂੰ ਮਨਾਉਣਾ, ਅਤੇ ਉਹਨੂੰ ਅਸੀਂ ਮਨਾ ਕੇ ਅੱਜ ਵਿਹਲੇ ਹੋਏ ਹਾਂ। ਹੁਣ ਇਹਦੇ ਬਾਰੇ ਪਤਾ ਕਰਦੇ ਹਾਂ ਵੀ ਵੇਖੋ, ਪਿਛਲੇ ਲੰਮੇ ਸਮੇਂ ਤੋਂ ਸਾਡਾ ਪਰਿਵਾਰ ਇਸ ਇਲਾਕੇ ਦੀ ਸੇਵਾ ਕਰਦਾ ਰਿਹਾ, ਔਰ 30 ਸਾਲ ਦੇ ਕਰੀਬ ਮੈਨੂੰ ਵੀ ਹੋ ਗਏ ਨੇ। ਮੈਂ ਸ਼੍ਰੋਮਣੀ ਅਕਾਲੀ ਦਲ 'ਚ ਲੰਮਾ ਸਮਾਂ ਸੇਵਾ ਕੀਤੀ, ਕੁਝ ਸਮਾਂ ਮੇਰੇ ਨਾਲ ਕੋਈ ਐਸੋ ਜਿਹਾ ਚਾਂਸ ਹੋਇਆ ਵੀ ਮੈਂ ਛੱਡ ਕੇ ਅਤੇ ਆਪਣੀ ਜਿਹੜੀ ਆ ਉਹ ਅਜਮਾਈ, ਜ਼ੋਰ ਅਜਮਾਈ ਜਾਂ ਆਪਣਾ ਸਮੇਂ ਲੋਕਾਂ ਦੇ ਵਿੱਚ ਪਿਆਰ ਵੇਖਿਆ, ਅਤੇ ਲੋਕਾਂ ਨੇ ਮੈਨੂੰ ਬੜਾ ਵੱਡਾ ਉਸ ਗੱਲ ਦਾ ਆਸ਼ੀਰਵਾਦ ਦਿੱਤਾ, ਯੋਗਦਾਨ ਦਿੱਤਾ। 18,000 ਦੇ ਕਰੀਬ ਮੈਨੂੰ ਲੋਕਾਂ ਨੇ ਇੱਥੋਂ ਵੋਟਾਂ ਪਾਈ। ਪਿਛਲੀਆਂ ਮੀਟਿੰਗ ਦੇ ਵਿੱਚ ਵੀ ਬੱਬੇ ਹਾਲੀ ਵੀ ਜੋ ਦੇ ਪ੍ਰਧਾਨ ਜੀ ਨੇ ਉਹ ਵੀ ਆਏ ਸੀ, ਉਹਨਾਂ ਨੇ ਵੀ ਤੁਹਾਡੇ ਬਾਰੇ ਵੀ ਗੱਲ ਕਰਕੇ ਗਏ ਸੀ ਇੱਥੇ ਵੀ ਜਿਹੜੀ ਟਿਕਟ ਦੀ ਦਾਅਵੇਦਾਰੀ ਆ ਗੁਰਪ੍ਰਤਾਪ ਸਿੰਘ, ਪਰ ਉਹਦੇ ਬਾਵਜੂਦ ਵੀ ਜਿਹੜਾ ਇਹ ਦੇਖੋ, ਮੈਂ ਇਹੋ ਗੱਲ ਤੁਹਾਨੂੰ ਕਹਿ ਰਿਹਾ, ਤੁਸੀਂ ਉਹ ਗੱਲ ਵਿੱਚ ਕੱਟਤੀ ਵੀ ਇਹ ਜਿਹੜੀ ਟਿਕਟ ਆ ਇਹ ਪ੍ਰਧਾਨ ਸਾਹਿਬ ਦਾ ਅਧਿਕਾਰ ਖੇਤਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ। ਅਤੇ ਸਾਨੂੰ ਇਹ ਸੀ ਵੀ ਮੈਂ ਇਸ ਇਲਾਕੇ 'ਚ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਵਾਂ, ਔਰ ਇਸ ਇਲਾਕੇ 'ਚ ਲੰਮਾ ਸਮਾਂ ਸੇਵਾ ਕੀਤੀ ਹੈ, ਅਤੇ ਇਹ ਇੱਕ ਸੇਵਾ ਦਾ ਮੌਕਾ ਮੈਨੂੰ ਮਿਲੇਗਾ। ਪਰ ਪ੍ਰਧਾਨ ਸਾਹਿਬ ਨੇ ਜਿਹੜੀ ਟਿਕਟ ਦਿੱਤੀ ਆ, ਅਸੀਂ ਹੁਣ ਅੱਜ ਵਿਹਲੇ ਹੋਏ ਹਾਂ, ਪ੍ਰਧਾਨ ਸਾਹਿਬ ਸਾਡੇ ਨਾਲ ਸੰਪਰਕ ਕਰਨਗੇ। ਮੈਨੂੰ ਅਜੇ ਸਿਰਫ ਅਤੇ ਸਿਰਫ ਗੁਰਬਚਨ ਸਿੰਘ ਬੱਬੇਵਾਲੀ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ, ਉਹਨਾਂ ਦਾ ਫੋਨ ਆਇਆ ਵੀ ਆਹ ਗੱਲ ਹੋਈ ਆ ਅਤੇ ਤੁਸੀਂ ਹੌਸਲੇ 'ਚ ਰਹਿਣਾ। ਮੈਨੂੰ ਕਿਹਾ ਜੀ ਹੌਸਲਾ ਤਾਂ ਬੜਾ ਵੱਡਾ ਵਾ, ਪਾਰਟੀ ਨੇ ਇੱਕ ਨੂੰ ਟਿਕਟ ਦੇਣੀ ਸੀ, ਪਰ ਮੈਨੂੰ ਪ੍ਰਧਾਨ ਰਹਿਣਾ। ਮੈਨੂੰ ਕਿਹਾ ਜੀ ਹੌਸਲਾ ਤਾਂ ਬੜਾ ਵੱਡਾ ਵਾ, ਪਾਰਟੀ ਨੇ ਇੱਕ ਨੂੰ ਟਿਕਟ ਦੇਣੀ ਸੀ, ਪਰ ਮੈਨੂੰ ਪ੍ਰਧਾਨ ਸਾਹਿਬ ਨਾਲ ਸਾਡਾ ਹੱਕ ਆ ਉਹਨਾਂ ਨੂੰ ਪੁੱਛਣ ਦਾ, ਅਸੀਂ ਉਹ ਜਦੋਂ ਸਾਡੇ ਨਾਲ ਗੱਲ ਕਰਨਗੇ ਪੁੱਛਾਂਗੇ ਵੀ ਇਹ ਟਿਕਟ ਇਹਦਾ ਕੀ ਐਡੀ ਮਜਬੂਰੀ ਆ ਗਈ, ਵੀ ਆਪਾਂ ਕੀ ਉਹਨਾਂ ਨੂੰ ਐਡਜਸਟ ਕੀਤਾ ਵਾ, ਜਾਂ ਮਤਲਬ ਆਪਾਂ ਮਤਲਬ ਕਿਉਂ ਇਹ ਟਿਕਟ ਜਿਹੜੀ ਆ ਇਹ ਉਹਨਾਂ ਨੂੰ ਦੇਣ ਦਾ ਫੈਸਲਾ ਲੈਣਾ ਪਿਆ। ਜੇ ਪ੍ਰਧਾਨ ਸਾਹਿਬ ਦੀ ਕੋਈ ਇਸ ਗੱਲ ਦੇ ਵਿੱਚ ਸਾਨੂੰ ਵਾਜਬ ਗੱਲ ਲੱਗੂਗੀ, ਚੰਗੀ ਗੱਲ ਲੱਗੂਗੀ, ਆਹਾਂ ਰਾਤ ਨੇ ਕਰਕੇ ਇੱਥੋਂ ਜਿਹੜਾ ਵਾ ਜਿਹੜਾ ਉਹਨਾਂ ਉਮੀਦਵਾਰ ਦਿੱਤਾ ਉਹਨੂੰ ਜਿਤਾਵਾਂਗੇ। ਕਿਉਂਕਿ ਜੇ ਸਾਨੂੰ ਲੱਗਾ ਵੀ ਇਹ ਕਿਤੇ ਨਾ ਕਿਤੇ ਸਾਡੇ ਨਾਲ ਬੇਇਨਸਾਫੀ ਹੋਈ ਆ, ਸਾਡਾ ਜਿਹੜਾ ਕਤਲ ਹੋਇਆ, ਅਤੇ ਫਿਰ ਮੈਂ ਕਦੀ ਲੁਕ ਛਿਪ ਕੇ ਨਹੀਂ, ਅੱਗੇ ਵੀ ਮੈਨੂੰ ਕਿਸੇ ਚੈਨਲ ਨਾਲ ਪੁੱਛਿਆ ਵੀ ਤੁਸੀਂ ਵਿਰੋਧਤਾ ਕਰੋਗੇ, ਫਿਰ ਮੈਂ ਕਦੀ ਲੁਕ ਕੇ ਵਿਰੋਧਤਾ ਨਹੀਂ ਕੀਤੀ। ਮੈਂ ਪਿੱਛੇ ਵੀ ਇਲੈਕਸ਼ਨ ਲੜ ਕੇ 18,000 ਵੋਟ ਖੜੀ, ਅੱਜ ਮੈਂ ਰਾਤ ਦਿਨ ਲੋਕਾਂ 'ਚ ਵਿਜਰ ਵਿਜਰ ਕੇ 11-11 ਵਜੇ ਤੱਕ ਲੋਕਾਂ 'ਚ ਰਹਿ ਕੇ ਇੱਦਾਂ ਦੀ ਗੱਲ ਬਣਾ ਲਈ ਵੀ 25,000 ਵੋਟ ਤੋਂ ਉੱਪਰ ਖੜਾ ਗਾ, 24,000 ਵੋਟ ਨਹੀਂ ਮੈਂ ਖੜ ਸਕਦਾ, ਸ਼ਾਹ ਛੱਡ ਦਿਓ ਜੀ। ਇਹੋ ਜਿਹੀ ਗੱਲ ਕਰਦੇ ਹਾਂ ਜੀ, ਹਲਕੇ ਦੇ ਵਿੱਚ ਇੰਦਰਜੀਤ ਰੰਧਾਵਾ ਨੇ ਵੀ ਆਪਣਾ ਹੋਲਡ ਬਣਾਇਆ, ਮੀਟਿੰਗਾਂ ਕੀਤੀਆਂ ਨੇ, ਪਰ ਹੁਣ ਉਹਨਾਂ ਨੇ ਆ ਕੇ ਸ਼ਰਮ ਜਿਹੜਾ ਵਿਦਰੋਹ ਕਰ ਦਿੱਤਾ, ਉਸ ਬਾਰੇ ਤੁਸੀਂ ਕਿਹਾ? ਵੇਖੋ ਗੱਲ ਅਸਲ 'ਚ ਆ ਵੀ ਹੱਕ ਮੈਂ ਪਹਿਲਾਂ ਕਿਹਾ ਹਰ ਇੱਕ ਦਾ ਵਾ, ਪਰ ਟਿਕਟ ਤਾਂ ਇੱਕ ਬੰਦੇ ਨੂੰ ਮਿਲਣੀ ਆ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਿਕਟ ਦੇਣੀ ਆ। ਜੇ ਇੰਦਰਜੀਤ ਨੂੰ ਮਿਲਦੀ, ਰੰਧਾਵਾ ਸਾਹਿਬ ਨੂੰ ਮਿਲ ਜਾਂਦੀ, ਜਾਂ ਮੈਨੂੰ ਮਿਲ ਜਾਂਦੀ, ਜਾਂ ਹੋਰ ਕੰਮ ਕਰਦੇ
ਜਾਂ ਉਹਨਾਂ ਨੇ ਇਹ ਜਿਹੜਾ ਕੈਂਡੀਡੇਟ ਦਿੱਤਾ ਇੱਥੇ ਰਵੀ ਕਰਨ ਉਹ ਟਿਕਟ ਜਿਹੜੀ ਆ ਕਿਉਂ ਦਿੱਤੀ ਅਸੀਂ ਪ੍ਰਧਾਨ ਸਾਹਿਬ ਨੂੰ ਪੁੱਛ ਲਾਂਗੇ ਤੇ ਅੱਗੇ ਕਿਹਾ ਉਹ ਸਾਡੇ ਨਾਲ ਗੱਲ ਕਰਨਗੇ ਤੇ ਜੇ ਸਾਨੂੰ ਵਾਕਈ ਉਹ ਗੱਲ ਵਾਜਬ ਲੱਗੀ ਜੇ ਸਾਡੀ ਪ੍ਰਧਾਨ ਸਾਹਿਬ ਸਾਡੇ ਜਿਹੜੇ ਸਾਥੀ ਨੇ ਅੱਗੇ ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਾ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਪਿੱਛੇ ਵੀ ਜਦੋਂ ਅਕਾਲੀ ਦਲ ਛੱਡ ਕੇ ਗਿਆ ਮੈਂ ਉਹਨਾਂ ਨੂੰ ਦੱਸ ਕੇ ਗਿਆ ਹਾਂ ਮੈਂ ਉਦੋਂ ਉਹਨਾਂ ਨੇ ਮੈਨੂੰ ਕਿਹਾ ਅਤੇ ਉਦੋਂ ਉਹਨਾਂ ਮੈਨੂੰ ਕਿਹਾ ਵੀ ਮੇਰੀ ਬੜੀ ਵੱਡੀ ਮਜਬੂਰੀ ਆ ਮੇਰੇ ਕੋਲ ਨਹੀਂ ਇਹ ਗੱਲ ਹੁੰਦੀ ਮੈਂ ਤਾਂ ਗਿਆ ਹਾਂ ਮੈਂ ਉਹਨਾਂ ਨੂੰ ਪੁੱਛ ਲੂੰਗਾ ਜੇ ਅਕਾਲੀ ਦਲ ਨੂੰ ਸਾਡੇ ਜਿਹੜੇ ਸਾਥੀ ਨੇ ਜਿਨ੍ਹਾਂ ਨਾਲ ਮੈਂ ਰਾਤ ਦਿਨ ਕਰਕੇ ਮਰਦਾ ਜੇ ਇਹ ਸਾਥੀਆਂ ਦੀ ਮੁਸ਼ਕਲਾਂ ਜਾਂ ਇਹਨਾਂ ਸਾਥੀਆਂ ਦਾ ਹੀ ਨਹੀਂ ਪਤਾ ਫਿਰ ਬਹੁਤ ਵੱਡਾ ਇੱਥੇ ਥੋੜ੍ਹਿਆਂ ਦਿਨਾਂ 'ਚ ਇਕੱਠ ਕਰਾਂਗੇ ਇਹਨਾਂ ਲੋਕਾਂ ਦੇ ਜਜ਼ਬਾਤ ਜਿਹੜੇ ਉਹਨਾਂ ਨੂੰ ਵੇਖਾਂਗੇ ਉਹਨਾਂ ਨੂੰ ਪੁੱਛਾਂਗੇ ਜੇ ਫਿਰ ਨਾ ਹੋਇਆ ਫਿਰ ਜੋ ਲੋਕ ਫੈਸਲਾ ਦੇਣਗੇ ਕਰਾਂਗੇ ਇੱਥੇ ਕੋਈ ਦੂਜੀ ਰਾਇ ਇਹ ਸਨ ਜੀ ਜਥੇਦਾਰ ਕਸ਼ਾਲਪੁਰ ਜੀ ਜਿਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਵੀ ਅਗਰ ਕੋਈ ਕੈਂਡੀਡੇਟ ਅਕਾਲੀ ਦਾ ਆਉਂਦਾ ਵਾ ਤਾਂ ਉਹਨਾਂ ਦੀ ਆਵਾਜ਼ ਮਦਦ ਪੂਰੀ ਕਰਾਂਗਾ ਪਰ ਉਹਦੇ ਬਾਵਜੂਦ ਵੀ ਜਿਹੜੀ ਸਾਡਾ ਜਿਹੜਾ ਫਰਜ਼ ਬਣਦਾ ਵਾ ਇਲਾਕੇ ਦਾ ਫਰਜ਼ ਬਣਦਾ ਵੀ ਇਹਨਾਂ ਮੀਟਿੰਗਾਂ ਦਾ ਸਿਲਸਿਲਾ 30 ਸਾਲ ਜੋ ਸੇਵਾ ਕੀਤੀ ਹੈਗੀ ਆ ਉਸ ਬਾਰੇ ਇਹ ਤੁਹਾਨੂੰ ਹਾਈ ਕਮਾਨ ਹੀ ਹੁਣ ਜੋ ਵਿਚਾਰ ਕਰਗੀ ਉਸ ਉੱਤੇ ਹੀ ਆਪਾਂ ਮੋਹਰ ਲਾਵਾਂਗੇ ਕੈਮਰਾਮੈਨ ਕੇਵਲ ਕਿਸ਼ਨ ਦੇ ਨਾਲ ਮੂਹਰਾਜ ਭੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ